ਧੰਨ ਵਾਲਮੀਕੀ ਕਰੋ ਦੁੱਖ ਦੂਰ ਮਾਲਿਕ ਧੰਨ ਧੰਨ ਉਹ ਪਰਮ ਪਿਤਾ ਪਰਮਾਤਮਾ
ਮਹਾਪ੍ਰਭੂ ਭਗਵਾਨ ਵਾਲਮੀਕਿ ਜੀ ਉਸ ਵਕਤ ਪ੍ਰਗਟ ਹੋਏ ਜਿਸ ਵਕਤ ਕੁਝ ਵੀ ਨਹੀਂ ਸੀ, ਚਾਰੇ ਪਾਸੇ ਤੰਦੂਕਾਰਾ ਸੀ। ਉਸ ਤੰਦੂਕਾਰੇ ਨੂੰ ਖਤਮ ਕਰਨ ਵਾਸਤੇ ਪਰਮਾਤਮਾ ਵਾਲਮੀਕਿ ਮਹਾਰਾਜ ਦਾ ਪ੍ਰਕਾਸ਼ ਹੋਇਆ। ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਸਨਮਾਨ ਕਰਦੇ ਹਨ। ਅਦਭੁਤ ਖਰਿੰਦ ਤੰਦੂਕਾਰਾ, ਉਸ ਵਿੱਚੋਂ ਬ੍ਰਹਿਮੰਡ ਉਸਾਰਾ, ਥਮਾ ਬਿਨਾ ਅਸਮਾਨ ਪ੍ਰਭੂ ਜੀ ਤੇ ਗਿਆ ਹੋਵੇ। ਵਾਲਮੀਕਿ ਭਗਵਾਨ ਪ੍ਰਭੂ ਜੀ ਤੇ ਗਿਆ ਹੋਵੇ। ਇਸ ਤਰ੍ਹਾਂ ਉਹਨਾਂ ਦੇ ਉਪਾਸਕ ਪ੍ਰਭੂ ਜੀ ਨਾਗਰ ਜੀ ਮਹਾਰਾਜ ਕਹਿੰਦੇ ਹਨ, ਨਾਗਲੀ ਨਾ ਜਲ ਨਾ ਵਾਯੂ ਨਾ ਧਰਤੀ ਆਕਾਸ਼ ਦਾ ਸਰਵ ਪ੍ਰਥਮ ਜੋ ਪ੍ਰਗਟ ਹੋਆ ਉਹ ਵਾਲਮੀਕਿ ਪ੍ਰਕਾਸ਼ ਹੋ ਗਈ। ਜੋਤੀ ਸੇ ਜੋਤ ਪ੍ਰਗਟ, ਇੱਕ ਦਿਵਿਆ ਨੂੰ ਪ੍ਰਕਾਸ਼ ਹੋਆ, ਜਲ ਕਮਲ ਕੀ ਉਪਰਾਪ ਰੂਪ ਪ੍ਰਭੂ ਵਾਲਮੀਕਿ ਸਾਕਾਰ। ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਨ, ਨਾਨਕ ਉਸ ਕੋ ਸਿਮਰੀਏ ਜੋ ਜਾਥਲ ਰਿਹਾ ਸਮਾਏ, ਦੂਜਾ ਗਾਹੇ ਸਿਮਰੀਏ ਜੋ ਜੰਮੇ ਤੇ ਮਰ ਜਾਏ। ਹੁਣ ਇੱਥੇ ਵੀ ਵਾਲਮੀਕਿ ਸਮਾਜ ਨੂੰ ਭੁਲੇਖਾ ਪੈ ਜਾਂਦਾ ਹੈ ਕਿ ਤੁਸੀਂ ਕਹਿੰਦੇ ਹੋ ਕਿ ਵਾਲਮੀਕਿ ਮਹਾਰਾਜ ਦਾ ਨਾ ਜਨਮ ਹੋਇਆ ਨਾ ਉਹ ਮਰੇ ਅਦਰ ਮਰ। ਤੇ ਇਸੇ ਤਰ੍ਹਾਂ ਛੋਟਾ ਜਿਹਾ ਮੇਰਾ ਵੀ ਸਵਾਲ ਹੈ, ਕੋਈ ਲੋਕਾਂ ਦੇ ਮਗਰ ਲੱਗ ਕੇ ਕਿਤਾਬਾਂ ਲਿਖ ਕੇ ਬਹਿ ਗਏ ਕਿ ਵਾਲਮੀਕਿ ਮਹਾਰਾਜ ਚਰਸਰੀ ਦੇ ਪੇਟੋਂ ਪੈਦਾ ਹੋਏ। ਉਹਨਾਂ ਨੇ ਗਲਤ ਨਹੀਂ ਲਿਖਿਆ, ਉਹਨਾਂ ਨੇ ਉਸ ਸਮੇਂ ਨੂੰ ਸਥਿਤੀ ਨੂੰ ਸੰਭਾਲਣ ਲਈ ਇਹ ਗੱਲ ਲਿਖੀ ਕਿ ਚਰਸਰੀ ਦਾ ਮਤਲਬ ਕੀ ਹੁੰਦਾ, ਸਮੁੰਦਰ ਦੇ ਵਿੱਚ ਜਿਹੜੀ ਘੁੰਮਣ ਘਿਰੀ ਹੁੰਦੀ ਹੈ ਨਾ, ਉਹਦੇ ਵਿੱਚ ਕਮਲ ਬਿੰਦ ਦੇ ਕਮਲ ਦੇ ਫੁੱਲ ਦੇ ਉੱਪਰ ਉਹ ਆਕ੍ਰਿਤੀ ਪ੍ਰਗਟ ਹੋਈ, ਇਹ ਕਹਿਣ ਦਾ ਮਤਲਬ ਸੀਗਾ ਉਹਨਾਂ ਦਾ, ਗਲਤ ਨਹੀਂ ਕਿਹਾ। ਤੇ ਵਰੁਣ ਦੇਵ ਦਾ ਮਤਲਬ ਹੈ ਕਿ ਇਹ ਸਮੁੰਦਰ ਦਾ ਰਾਜਾ, ਕੋਈ ਕਹਿੰਦਾ ਪ੍ਰਚੇਤਾ ਸੀ ਉਹਨਾਂ ਦੇ ਪਿਤਾ ਦਾ ਨਾਮ, ਕੋਈ ਵਰੁਣ ਦੇਵ ਕਹਿੰਦਾ। ਪ੍ਰਚੇਤਾ ਦਾ ਅਰਥ ਹੈ ਅਗਿਆਨ ਦਾ ਰੂਪੀ ਅੰਧੇਰੇ ਸੀ ਨਿਗਾਹ ਕਰ ਗਿਆਨ ਰੂਪੀ ਪ੍ਰਕਾਸ਼ ਕੀ ਔਰ ਲੇਕਰ ਜਾਣੇ ਵਾਲੇ ਨੂੰ ਪ੍ਰਚੇਤਾ ਗਿਆ। ਤੇ ਉਹ ਵੀ ਵਾਲਮੀਕਿ ਮਹਾਰਾਜ, ਤੇ ਜਦ ਵਾਲਮੀਕਿ ਮਹਾਰਾਜ ਬਾਰੇ ਸਾਰਿਆਂ ਨੇ ਗੱਲ ਕਹੀ, ਮੇਰਾ ਵੀ ਇੱਕ ਛੋਟਾ ਜਿਹਾ ਸਵਾਲ ਹੈ ਕਿ ਪਹਿਲਾਂ ਮੁਰਗੀ ਆਈ ਕਿ ਅੰਡਾ ਭਾਈ? ਜੇ ਤੁਸੀਂ ਕਹੋਗੇ ਕਿ ਪਹਿਲਾਂ ਅੰਡਾ ਆਇਆ ਤੇ ਗਲਤ ਗੱਲ ਹੈ ਨਾ, ਅੰਡਾ ਮੁਰਗੀ ਦਿੰਦੀ ਹੈ। ਜੇ ਤੁਸੀਂ ਕਹੋਗੇ ਪਹਿਲਾਂ ਮੁਰਗੀ ਆਈ ਤੇ ਮੈਂ ਕਹੂੰਗਾ ਨਹੀਂ, ਗਲਤ ਗੱਲ ਹੈ, ਮੁਰਗੀ ਅੰਡੇ ਤੋਂ ਨਿਕਲਦੀ ਹੈ। ਇਹੀ ਤਾਂ ਸਵਾਲ ਮੈਂ ਤੁਹਾਨੂੰ ਕੀਤਾ ਕਿ ਪਹਿਲਾਂ ਬੰਦਾ ਆਇਆ ਕਿ ਔਰਤ? ਕੋਈ ਤਾਂ ਪਹਿਲਾਂ ਆਇਆ ਹੋਊਗਾ ਕਿ ਦੋਨੋਂ ਇਕੱਠੇ ਆ ਗਏ? ਉਹ ਨਹੀਂ, ਉਹ ਈਸ਼ਵਰ ਹੈ ਜਿਹਨੇ ਇਹ ਜਲ ਅਗਨੀ ਧਰਤੀ ਜਲ ਵਾਯੂ ਆਕਾਸ਼ ਨੂੰ ਬਣਾਇਆ। ਇਹ ਵਿਗਿਆਨ ਨੇ ਨਹੀਂ ਬਣਾਇਆ, ਅਗਨੀ ਜਲ ਵਾਯੂ ਧਰਤੀ ਆਕਾਸ਼ ਵਿਗਿਆਨ ਨੇ ਨਹੀਂ ਬਣਾਈ, ਇਹ ਕੁਦਰਤੀ ਸੋਮੇ ਆ ਜਿਹੜੇ ਸਾਨੂੰ ਸਤਿਗੁਰੂ ਗਿਆਨ ਨਾਥ ਮਹਾਰਾਜ ਸਮਝਾ ਕੇ ਗਏ ਹਨ, ਜਿਹਨਾਂ ਨੇ ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾਈ ਹੈ। ਤੇ ਉਹ ਈਸ਼ਵਰ ਪਰਮੇਸ਼ਵਰ ਅੱਲਾ ਗੋਡ ਵਾਹਿਗੁਰੂ ਪਰਮਾਤਮਾ ਜੋ ਹੈ ਉਹ ਵਾਲਮੀਕਿ ਮਹਾਰਾਜ ਹੈ, ਜੋ ਬੋਲੇ ਸੋ ਨਿਰਭੈ
ਭਗਵਾਨ ਵਾਲਮੀਕਿ ਮਹਾਰਾਜ ਕੀ ਜੈ। ਉਹਨੂੰ ਸਾਨੂੰ ਨਮਨ ਕਰਨਾ ਚਾਹੀਦਾ ਹੈ। ਜਿਸ ਵਿਧੀ ਵੀ ਲੋਕ ਪ੍ਰਭ ਕਾ ਨਾਮ ਪਹੁੰਚ ਜਾਓਗੇ ਉਸਕੇ ਧਾਮ, ਜਿੱਦਾਂ ਵੀ ਨਾਮ ਲੈਣਾ ਹੁੰਦਾ ਲਿਆ, ਬਹਿਸ ਨਾ ਕਰਿਆ ਕਰੋ। ਦੇਖੋ ਜੀ ਉਹ ਵਾਲਮੀਕਿ ਕਹੀ ਜਾਂਦਾ, ਵਾਲਮੀਕਿ ਨਹੀਂ ਕਹਿੰਦਾ। ਦੇਖੋ ਜੀ ਉਹ ਬਾਬਾ ਕਹੀ ਜਾਂਦਾ ਜੀ, ਉਹ ਕੁਛ ਕੁਛ ਨਹੀਂ ਕਹੋ ਯਾਰ, ਰੱਬ ਦੇ ਨਾਲ ਜੁੜੋ ਬਸ। ਤੁਸੀਂ ਜਦ ਰੱਬ ਨਾਲ ਜੁੜ ਗਏ ਆਟੋਮੈਟਿਕਲੀ ਤੁਹਾਨੂੰ ਹਰ ਇਨਸਾਨ ਨਾਲ ਪਿਆਰ ਪੈਦਾ ਹੋ ਜਾਊਗਾ। ਜਦੋਂ ਤੁਸੀਂ ਰੱਬ ਨਾਲ ਨਹੀਂ ਜੁੜੋਗੇ ਇਨਸਾਨ ਇਨਸਾਨ ਦਾ ਵੈਰੀ ਬਣਿਆ ਰਹੂਗਾ। ਜਦੋਂ ਤੁਸੀਂ ਮੰਦਰਾਂ ਗੁਰਦੁਆਰਿਆਂ ਮਸੀਤਾਂ ਚਰਚਾਂ ਦੇ ਝੰਡਿਆਂ 'ਚ ਪੈ ਗਏ ਇਨਸਾਨ ਇਨਸਾਨ ਤੋਂ ਦੂਰ ਹੋ ਜਾਏਗਾ। ਜਦੋਂ ਆਪਾਂ ਇਨਸਾਨੀ ਭਾਵ ਸਾਡੇ ਅੰਦਰ ਆ ਜਾਏਗਾ ਆਟੋਮੈਟਿਕਲੀ ਈਸ਼ਵਰ ਨਾਲ ਸਾਡਾ ਵਿਲਾਸ ਪੈਦਾ ਹੋ ਜਾਏਗਾ। ਆਟੋਮੈਟਿਕਲੀ ਆਪਾਂ ਹਰ ਇਨਸਾਨ ਦੇ ਅੰਦਰੋਂ ਈਸ਼ਵਰ ਨੂੰ ਨਜ਼ਰ ਆਉਂਦਾ ਆਪਾਂ ਨੂੰ ਨਜ਼ਰ ਆਊਗਾ। ਜਦੋਂ ਆਪਾਂ ਨੂੰ ਹਰ ਪਤਾ ਲੱਗ ਜਾਂਦਾ ਹੈ ਕਿ ਇਹ ਪਰਮਾਤਮਾ ਸਾਡੇ ਅੰਦਰ ਹੈ, ਫਿਰ ਆਪਾਂ ਹਿੰਦੂ ਕਿਉਂ ਹਾਂ, ਫਿਰ ਆਪਾਂ ਮੁਸਲਮਾਨ ਕਿਉਂ ਹਾਂ, ਫਿਰ ਆਪਾਂ ਸਿੱਖ ਕਿਉਂ ਹਾਂ, ਆਪਾਂ ਈਸਾਈ ਕਿਉਂ ਹਾਂ, ਆਪਾਂ ਇਨਸਾਨ ਕਿਉਂ ਨਹੀਂ ਹਾਂ। ਆਪਾਂ ਨੂੰ ਇਨਸਾਨ ਬਣਨਾ ਚਾਹੀਦਾ ਹੈ। ਜਦੋਂ ਇਨਸਾਨ ਬਣਾਂਗੇ ਈਸ਼ਵਰ ਨਾਲ ਪਿਆਰ ਹੋ ਜਾਏਗਾ। ਜਦੋਂ ਈਸ਼ਵਰ ਨਾਲ ਪਿਆਰ ਹੋ ਜਾਏਗਾ ਈਸ਼ਵਰ ਨਾਲ ਆਟੋਮੈਟਿਕਲੀ ਪਿਆਰ ਹੋ ਜਾਏਗਾ। ਬੋਲ ਭਗਵਾਨ ਵਾਲਮੀਕਿ ਮਹਾਰਾਜ ਕੀ ਜੈ। ਪਰਿਕਟਿ ਜਗ ਤੂੰ ਹੋਇਆ ਜਗ ਜਾਣਨ ਹਾਰ ਹਸੀ, ਸਾਰੀ ਸ੍ਰਿਸ਼ਟੀ ਦੇ ਵਿੱਚ ਵੀ ਧੰਨ ਧੰਨ ਵਾਲਮੀਕਿ ਕਰੋ ਦੁੱਖ ਦੂਰ ਮਾਲਕ, ਧੰਨ ਧੰਨ।